ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਦੋਸਤੋ 3 ਜਨਵਰੀ 2023 ਦਿਨ ਮੰਗਲਵਾਰ ਆਇਰਾ ਸੀਬੀਏ ਲੈ ਕੇ ਤੁਹਾਡੇ ਵਾਸਤੇ ਇੱਕ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੇ ਖਬਰਾਂ ਇਮੀਗ੍ਰੇਸ਼ਨ ਗਾ ਤੇ ਖਬਰਾਂ ਇਟਲੀ ਦੀਆਂ ਤੇ ਖਬਰਾਂ ਬੋਨਸ ਆਦਾਂ ਖਬਰਾਂ ਦੇ ਜਾਂ ਤਾਂ ਆਪਣੇ ਦੋਸਤੋ ਜਿਹੜੇ ਮੇਰੇ ਵੀਰਾਂ ਦਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਕਰ ਲੋ ਤੇ ਜਿਨ੍ਹਾਂ ਨੇ ਆਲਰੇਡੀ ਕੀਤਾ ਹੋਇਆ ਉਹਨਾਂ ਦਾ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰ ਸਪੋਰਟ ਕਰਦੇ ਆ ਆਪਣੇ ਚੈਨਲ ਨੂੰ ਤੇ ਖਬਰਾਂ ਦੇ ਚੱਲਦੇ ਆ ਦੋਸਤੋ ਸਭ ਤੋਂ ਪਹਿਲੀ ਖਬਰ ਆ ਰਹੀ ਹੈ ਜਿਹੜੀ ਪ੍ਰਵਿੰਚਾ ਦੀ ਬਹਿਰਗਮੋਂ ਬਹਿਰਗਮੋਂ ਤੋਂ ਜਿਹੜੀ ਖਬਰ ਵੀ ਕਹਿ ਸਕਦੇ ਨੇ ਖੁਸ਼ ਖਬਰੀ ਵੀ ਕਹਿ ਸਕਦੇ ਆ ਵੀ ਕਿਉਂਕਿ ਪ੍ਰਵਿੰਚਾ ਦੀ ਬਹਿਰਗਮੋਂ ਦੇ ਵਿੱਚ ਕੰਮ ਨਿਕਲੇ ਆ ਨੌਕਰੀਆਂ ਨਿਕਲੀਆਂ ਤੇ ਜਿਹਦੇ ਵਿੱਚ ਜਿਹੜੇ ਮੇਰੇ ਵੀਰਾਂ ਕੋਲੇ ਪੇਪਰ ਹੈਗੇ ਆ ਬੋਲੀ ਹੈਗੀ ਆ ਪੁਰਾਣੇ ਹੈਗੇ ਆ ਥੋੜੇ ਬਹੁਤ ਕੰਮ ਹੈ ਨਹੀਂਗਾ ਤੇ ਉਹ ਅਪਲਾਈ ਕਰ ਸਕਦੇ ਆ ਜਿਨ੍ਹਾਂ ਜਿਨ੍ਹਾਂ ਕੋਲੇ ਪਤੰਤੇ ਵੀ ਹੈਗਾ ਉਹ ਵੀ ਅਪਲਾਈ ਕਰ ਸਕਦੇ ਆ ਇਦੀ ਪੂਰੀ ਡਿਟੇਲ ਜੇ ਮੈਂ ਇੱਥੇ ਹੁਣ ਕਹ ਦੱਸਣ ਲੱਗ ਜਾਦਾ ਬਹੁਤ ਲੰਮੀ ਹੋ ਜਾਣੀ ਆ ਇਹਦਾ ਪੂਰਾ ਜਿਹੜਾ ਇਸ ਖਬਰ ਦਾ ਜਿਹੜਾ ਲੈਂਕ ਆ ਉਹ ਥੱਲੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਿੰਦਾ ਉਸ ਲੈਂਕ ਨੂੰ ਖੋਲ ਕੇ ਤੁਸੀਂ ਸਾਰਾ ਆਪੇ ਹੀ ਪੜ ਲਿਓ ਤੇ ਕਿਹੜੇ ਕਿਹੜੇ ਬੰਦੇ ਚਾਹੀਦੇ ਡਰਾਈਵਰ ਚਾਹੀਦੇ ਆ ਤੇ ਹੋਰ ਕਈ categories ਦੇ ਵਿੱਚ ਕੰਮ ਨਿਕਲੇ ਆ ਬੈਰਗਮੋ ਦੇ ਪ੍ਰਵਿੰਚਾ ਦੀ ਬੈਰਗਮੋ ਦੇ ਵਿੱਚ ਤੇ ਤੁਸੀਂ ਆਪੇ ਵੇਖ ਕੇ ਆਪੇ ਆਨਲਾਈਨ ਅਪਲਾਈ ਕਰ ਲਿਓ ਜਿਹੜੇ ਮੇਰੇ ਵੀਰ ਬੈਰਗਮੋ ਏਰੀਆ ਦੇ ਵਿੱਚ ਰਹਿੰਦੇ ਆ ਚਲਦੇ ਅਗਲੀ ਖਬਰ ਅਸੈਨੀਓ ਓਨਿਕੋ ਅਸੈਨੀਓ ਓਨਕੋ ਇੰਪਸ ਵੱਲੋਂ 2023 ਦੇ ਜਿਹੜਾ ਨਵਾਂ ਬਜਟ ਪਾਸ ਹੋਇਆ ਵਿਆ ਜਿਹੜਾ ਨਵਾਂ ਕਾਨੂੰਨ ਆ ਤੇ ਉਹਦੇ ਵਿੱਚ ਜਿਹੜੇ ਬਦਲਾਅ ਅਸੈਨੀਓ ਓਨਕੋ ਦੇ ਵਿੱਚ ਕੀਤੇ ਗਏ ਆ ਅਸੈਨੀਓ ਓਨਕੋ ਤੁਹਾਨੂੰ ਪਤਾ ਹੀ ਹੈ ਵੀ ਮਿਲਦਾ ਸਾਰੇ ਬੱਚੇ ਨੂੰ ਮਿਲਦਾ ਜਿਹੜੇ ਬਦਲਾਅ ਕੀਤੇ ਗਏ ਆ ਵਾਧਾ ਜਿਹੜਾ ਕੀਤਾ ਗਿਆ ਜਿਹੜਾ ਕੀਤਾ ਗਿਆ ਜਿਹੜਾ 50% ਮਤਲਬ ਵਾਧਾ ਕੀਤਾ ਗਿਆ ਸੈਨੀਓ ਓਨਕੋ ਦੇ ਵਿੱਚ ਉਹਦੇ ਤੇ ਗੱਲ ਕਰਦੇ ਆ ਬਈ ਈਏ ਦੇ ਬੱਚਿਆਂ ਦੇ ਹਿਸਾਬ ਨਾਲ ਇਹ ਜਿਹੜਾ ਵਾਅਦਾ ਕੀਤਾ ਗਿਆ ਜਿਹੜੇ ਨਵੇਂ ਬਜਟ ਦੇ ਹਿਸਾਬ ਨਾਲ ਨਵੇਂ ਕਾਨੂੰਨ ਦੇ ਹਿਸਾਬ ਨਾਲ ਪਾਸ ਹੋਇਆ ਤੇ ਇਥੇ ਦਾਰ ਨੇ ਵੀ ਜਿਨ੍ਹਾਂ ਦੇ ਘੱਟੋ-ਘੱਟ ਤਿੰਨ ਬੱਚੇ ਆ ਤੇ ਤਿੰਨਾਂ ਬੱਚਿਆਂ ਦੇ ਵਿੱਚੋਂ ਜਿਹੜਾ ਇੱਕ ਬੱਚਾ ਇੱਕ ਕ ਬੱਚਾ ਹੋਣਾ ਚਾਹੀਦਾ ਵੀ ਜੀ ਦੀ ਉਮਰ 1 ਤੋਂ ਲੈ ਕੇ 3 ਸਾਲ ਤੱਕ ਦੇ ਵਿੱਚ ਤੇ ਈ ਜੇ ਉਹਦੀ ਚਾਹੀਦੀ ਆ ਉਹਨਾਂ ਦੀ 40000 ਤੋਂ ਘੱਟ ਈਏ ਆ ਉਹਦਾ 50% ਵਧੂਗਾ ਸੈਨਿਓ ਉਹਨਕੋ ਤੇ ਨੰਬਰ 2 ਤੇ ਇੱਕ ਦਿਨ ਤੋਂ ਲੈ ਕੇ ਇੱਕ ਸਾਲ ਦੀ ਉਮਰ ਤੱਕ ਦਾ ਜਿਹਦਾ ਬੱਚਾ ਹੈਗਾ ਠੀਕ ਆ ਚਾਰ ਮਹੀਨੇ ਦਾ 5 ਮਹੀਨੇ ਦਾ ਬੱਚਾ ਉਹਨਾਂ ਦਾ ਵੀ ਸੈਨਿਓ ਉਹਨਕੋ ਜਿਹੜਾ 50% ਵਧੂਗਾ ਤੇ 50% ਵਾਧੇ ਵਾਸਤੇ ਦੋਸਤੋ ਇਹ ਦੋ ਕੈਟੇਗਰੀਆਂ ਰੱਖੀਆਂ ਗਈਆਂ ਹੋਰ ਜਿਹੜੇ ਨਾਰਮਲ ਆ ਜਿਨ੍ਹਾਂ ਦੇ ਦੋ ਬੱਚੇ ਆ ਜਿਨ੍ਹਾਂ ਨੂੰ ਮਿਲੀ ਜਾਂਦਾ ਉਹਨਾਂ ਦੇ ਇਹ ਵਾਤਾਣੀ ਹੋਣਾਗਾ ਸੈਣੀਓਨ ਕੋਦੇ ਵਿੱਚ ਇਹ ਕਲੀਅਰ ਕੱਟ ਤੁਸੀਂ ਖਬਰ ਵੀ ਦੇਖ ਰਹੇ ਆ ਤੇ ਹਰ ਖਬਰ ਦਾ ਮੈਂ ਸਕਰੀਨਸ਼ਾਟ ਲਾਉਣਾ ਹੁੰਦਾ ਤੁਸੀਂ ਉਹਨੂੰ ਸਰਚ ਵੀ ਕਰਕੇ ਦੇਖ ਸਕਦੇ ਆ ਵੀ ਇਹ ਜਿਹੜਾ 50% ਵਧੂਗਾ ਕਿੰਨਾ ਦਾ ਵਧੂਗਾ ਇੱਕ ਤਾਂ ਜਿਹਦਾ ਨਵਾਂ ਬੇਬੀ ਪੈਦਾ ਹੋਇਆ ਘਰ ਦੇ ਵਿੱਚ ਹੈ ਨਾ ਠੀਕ ਆ ਉਹਦੀ ਉਮਰ ਨਵਾਂ ਹੋਇਆ ਜਾਂ ਉਹਦੀ ਉਮਰ ਸਾਲ ਤੋਂ ਘੱਟ ਆ ਉਹਦਾ ਵਧੂਗਾ 50% ਤੇ ਜਾਂ ਜਿਨ੍ਹਾਂ ਦੇ ਤਿੰਨ ਜਾਂ ਤਿੰਨ ਤੋਂ ਪਲੱਸ ਬੱਚੇ ਆ ਚਾਰ ਵੀ ਹੋ ਸਕਦੇ ਆ ਪੰਜ ਵੀ ਹੋ ਸਕਦੇ ਆ ਤੇ ਸ਼ਰਤ ਇਹ ਆ ਉਹਦੇ ਚ ਵੀ ਇੱਕ ਬੱਚਾ ਦੀ ਉਮਰ 1 ਸਾਲ ਤੋਂ ਲੈ ਕੇ 3 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਉਹਦਾ ਈਏ ਹਸਾਣਾ ਵਧੂਗਾ ਜੇ ਮਤਲਬ 40000 ਈਏ ਆ ਉਹਦਾ ਹਸਾਣਾ ਵਧੂਗਾ ਹੁਣ ਸੁਣ ਦੱਸਣੇ ਆ ਵੀ ਇਹ 50% ਜੇ ਵਾਧਾ ਤੇ ਕਿੰਨਾ ਇੱਕ ਸੈਨੀਓ ਊਣ ਕੋ ਵਧ ਸਕਦਾ ਮਤਲਬ ਈਏ ਦੇ ਬੇਸ ਤੇ ਆ ਦੋਸਤੋ 75 ਏਰੋ ਤੋਂ ਲੈ ਕੇ 262 ਏਰੋ ਤੱਕ ਦਾ ਵਾਧਾ ਹੋ ਸਕਦਾ ਸੈਨੀਓ ਊਣ ਕੋ ਦੇ ਵਿੱਚ ਇੱਕ ਬੱਚੇ ਪਿੱਛੇ ਜਿਵੇਂ ਕਿ ਦੱਸਣੇ ਵੀ ਜਿਹਦੀ ਈਏ ਹੈਗੀ ਆ ਤਕਰੀਬਨ ਮੰਨ ਲਓ ਵੀ 20000 ਤੱਕ ਈਜੇ ਬੰਦੀ ਹੈ ਤੇ ਉਹਦਾ 130 ਈਰੋ ਤਕਰੀਬਨ ਵਧਣਾ ਤੇ ਜਿਹਦੀ ਈਜੇ ਰਹਿ ਜਾਂਦੀ ਹੈ 10000 ਤੱਕ ਉਹਦਾ ਤਕਰੀਬਨ 200 ਈਰੋ ਤੱਕ ਵਾਧਾ ਹੋ ਸਕਦਾ ਸੈਨੀਓ ਊਨਕੋ ਦੇ ਵਿੱਚ ਤੇ ਇਹਦੇ ਜੇ ਬੱਚਿਆਂ ਦੇ ਬੇਸ ਤੇ ਬੱਚੇ ਮਤਲਬ ਕਿੰਨੇ ਕਰਦੇ ਫੈਮਿਲੀ ਮੈਂਬਰ ਕਿੰਨੇ ਆ ਬੱਚੇ ਕਿੰਨੇ ਆ ਘਰ ਦੇ ਵਿੱਚ ਤੇ ਈਜੇ ਕਿੰਨੀ ਆ ਉਸ ਹਿਸਾਬ ਨਾਲ ਕੈਲਕੂਲੇਟਰ ਕਰਦਾ ਇੰਪਸ ਇੰਪਸ ਦੇ ਸਾਰਾ ਕੰਮ ਇਹਨੇ ਕਰ ਲਾ ਹੁੰਦਾ ਇੰਪਸ ਨੇ ਤੇ ਉਸ ਹਾਵਨ ਤੁਹਾਡੀ ਈ ਦੇ ਬੇਸ ਤੇ ਇਹ ਪੈਸੇ ਵਧਣਗੇ ਅੱਗੇ ਖਬਰ ਆ ਰਹੀ ਹੈ ਪਲੈਰਮੋ ਤੋਂ ਪਲੈਰਮੋ ਦੇ ਵਿੱਚ ਇੱਕ 17 ਸਾਲਾ ਧੀ ਨੇ ਕੀਤਾ ਉਹਦੀ ਮਾਂ ਦਾ ਕਤਲ ਕਤਲ ਕੀਤਾ ਗਿਆ ਇੱਕ 55 ਸਾਲਾ ਮਾਂ ਦਾ ਜਿਹੜੀ ਕਿ ਇੱਕ ਸਕੂਲ ਦੇ ਵਿੱਚ ਪੜਾਉਂਦੀ ਸੀਗੀ ਪਲੈਰਮੋ ਦੇ ਸਟੇਟ ਦੇ ਵਿੱਚ ਕੋਰਸੋ ਬੁਟੇਰਾ ਇਲਾਕੇ ਦੇ ਵਿੱਚ ਦੀ ਖਬਰ ਆ ਇਹ ਜਿੱਥੇ 17 ਸਾਲ ਦੀ ਧੀ ਨੇ ਉਹਦੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਲਿਆ ਅੱਜ ਅਦਾਲਤ ਦੇ ਵਿੱਚ ਜਿਹੜੀ ਲੜਕੀ ਕੁੜੀ ਨੇ ਇਹ ਕਬੂਲ ਕਰ ਲਿਆ ਵੀ ਉਹਨੇ ਆਪ ਦੀ ਮਾਂ ਨੂੰ ਮਾਰਿਆ ਤੇ ਮੂਬੂਲੀ ਝਗੜਾ ਜਿਵੇਂ ਘਰਾਂ ਦੇ ਵਿੱਚ ਝਗੜੇ ਹੋ ਜਾਂਦੇ ਆ ਇਹ ਇਹ ਕਾਰਨ ਦੱਸਿਆ ਗਿਆ ਹਜੇ ਤੱਕ ਪੂਰੀ ਖਬਰ ਸਾਹਮਣੇ ਨਹੀਂ ਆਏਗੀ ਕਵਰ ਗਲਗਾ ਦਾ ਕਰੋਸ਼ੀਆ ਤੋਂ ਕਰੋਸ਼ੀਆ ਦੋਸਤੋ ਤੁਹਾਨੂੰ ਪਤਾ ਹੀ ਹੈ ਵੀ ਇੱਕ ਤਰੀਕ ਤੋਂ ਐਸੇ ਇੱਕ ਤਰੀਕ ਤੋਂ ਕਰੋਸ਼ੀਆ ਜਿਹੜਾ ਸ਼ੈਨੇਗਨ ਦੇ ਵਿੱਚ ਆ ਚੁੱਕਾ ਤੇ ਜਿਹੜਾ ਯੂਰਪ ਯੂਰਪੀਅਨ ਯੂਨੀਅਨ ਦਾ ਇਸ ਦੇ ਵਿੱਚ ਆ ਚੁੱਕਾ ਹੈ ਤੇ ਯੂਰੋ ਜ਼ੋਨ ਯੂਰੋ ਜ਼ੋਨ ਉਹ ਹੁੰਦਾ ਵੀ ਜਿਹਦੇ ਵਿੱਚ ਯੂਰੋ ਕਰੰਸੀ ਜਿਹੜੀ ਚੱਲਣ ਲੱਗ ਪੈਂਦੀ ਹੈ ਯੂਰੋ ਜ਼ੋਨ ਦੇ ਵਿੱਚ ਸ਼ਾਮਲ ਹੋ ਚੁੱਕਾ ਇਹਦੇ ਵਾਸਤੇ ਜਿਹੜਾ ਯੂਰਪੀਅਨ ਸੈਂਟਰਲ ਬੈਂਕ ਨੇ ਜਿਹੜਾ ਇਹਨੂੰ ਰਾਸ਼ੀ ਜਿਹੜੀ ਜਾਰੀ ਕੀਤੀ ਹੈ ਯੂਰੋ 63 ਮਿਲੀਅਨ ਯੂਰੋ ਦੀ ਰਾਸ਼ੀ ਜਾਰੀ ਕੀਤੀ ਹੈ ਕਰੋਸ਼ੀਅਨ ਕਰੋਸ਼ੀਆ ਦੇ ਡਾਕ ਖਾਨਿਆਂ ਵਾਸਤੇ ਤੇ ਕਰੋਸ਼ੀਅਨ ਦੀਆਂ ਬੈਂਕਾਂ ਵਾਸਤੇ ਯੂਰੋ ਦੀ ਰਾਸ਼ੀ 63 ਮਿਲੀਅਨ ਯੂਰੋ ਦੀ ਰਾਸ਼ੀ ਤੇ 286 ਮਿਲੀਅਨ ਜਿਹੜੇ ਸਿੱਕੇ ਆ ਜਿਹਨੂੰ ਆਪ ਭਾਣ ਕਹਿੰਦੇ ਆ ਭਾਣ ਭੇਜੀ ਆ ਇਹ ਕਰੋਸ਼ੀਆ ਨੂੰ ਯੂਰਪੀਅਨ ਸੈਂਟਰਲ ਬੈਂਕ ਨੇ ਤੇ ਇਹਨਾਂ ਨੇ ਹੁਣ ਜਿਹੜੀ ਕ੍ਰਾਂਸੀ ਬਦਲ ਦੀ ਤਰੀਕ ਆ ਜਿਹੜੀ ਰੱਖੀ ਆ ਕਰੋਸ਼ੀਆ ਨੇ ਵੀ 14 ਜਨਵਰੀ ਤੱਕ ਆਪਦੀ ਕ੍ਰਾਂਸੀ ਚੇਂਜ ਕਰਵਾ ਸਕਦੇ ਆ ਜਿਹੜੇ ਜਿੰਨਾਂ ਨੇ ਆਪਣੀਆਂ ਜੇਬਾਂ 'ਚ ਰੱਖੀਆਂ ਜਾਂ ਗੱਲਿਆਂ 'ਚ ਪਾ ਕੇ ਰੱਖੀਆਂ ਆਪਦੀ ਕ੍ਰਾਂਸੀ ਕੋਨਾ ਜਿਹੜੇ ਪਹਿਲਾਂ ਕੋਨਾਏ ਚਲਦੇ ਸੀਗੇ ਯੂਰਪ ਦੇ ਵਿੱਚ ਕਰੋਸ਼ੀਆ ਦੇ ਵਿੱਚ ਤੇ ਹੁਣ ਕੋਨਾ ਦੇ ਚੇਂਜ ਕਰਾ ਕੇ ਉਹ ਯੂਰੋ ਬਦਲਾ ਲਓ 14 ਜਨਵਰੀ ਤੱਕ ਤਰੀਕਾ ਲਾਸਟ 1 ਯੂਰੋ ਦੇ ਬਦਲੇ ਮੈਂ ਹੁੰਦਾ ਐਕਸਚੇਂਜ ਰੇਟ ਕਿੰਨਾ ਵੀ 7.53 ਕਰੋਸ਼ੀਨ ਕੋਨਾ ਜਿਹੜਾ ਪਹਿਲਾਂ ਪੁਰਾਣੀ ਕਰੰਸੀ ਸੀਗੀ 7.53 ਦਾ 1 ਯੂਰੋ ਬਾਨਾ ਤੇ ਇਹ 14 ਤਰੀਕ 14 ਜਨਵਰੀ ਰੱਖੀ ਗਈ ਆ ਵੀ 14 ਜਨਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਬਦਲਾ ਸਕਦੇ ਜਿਨੇ ਵੀ ਆਦੇ ਦੱਬੇ ਆ ਕਰੇ 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 ਰੱਖੇ ਆ ਆਦੇ ਚੇਂਜ ਕਰਾ ਸਕਦੇ ਜਿਵੇਂ ਆਪਣੇ ਪਿੱਛੇ ਜੇ ਇੰਡੀਆ ਜਿ ਹੋਇਆ ਸੀਗਾ ਤੇ ਇਹ ਲੋਕ ਤੋਂ ਦੱਸਦੇ ਨੇ ਵੀ 2013 ਦੇ ਵਿੱਚ ਇਹ ਜਿਹੜਾ ਯੂਰਪੀਅਨ ਯੂਨੀਅਨ ਦੇ ਵਿੱਚ ਆਇਆ ਸੀ ਕਰੋਸ਼ੀਆ ਤੇ ਹੁਣ ਇਹ ਜਿਹੜਾ ਯੂਰਪ ਦਾ ਯੂਰੋ ਜਿਹਦੇ ਵਿੱਚ ਚੱਲਣ ਲੱਗਾ ਯੂਰਪ ਦਾ 20ਵਾਂ ਕੰਟਰੀ ਬਣ ਚੁੱਕਾ ਤੇ 27ਵਾਂ ਕੰਟਰੀ ਬਣ ਚੁੱਕਾ ਇਹ ਵੀ ਸ਼ੈਨੇਗੰਦਾ ਸਤਾਈ ਮਾ ਚੈਨੇ ਗੰਡਾ ਕੰਟਰੀ ਹੈ ਤੇ ਯੂਰੋ ਯੂਰੋ ਜੀਸਟ ਕੰਟਰੀ ਚਲਦਾ ਯੂਰਪੀ ਯੂਰਪ ਦੇ ਉਹ ਵੀ ਮਾ ਕੰਟਰੀ ਇਹ ਬਣ ਚੁੱਕਾ ਕਰੋਸ਼ੀਆ ਤੇ ਇਹ ਨਾਲ ਹੀ ਦੱਸਣਾ ਹੈ ਵੀ ਜਿਹੜਾ ਕਰੋਸ਼ੀਆ ਤੇ ਸਰਬੀਆ ਤੇ ਕਰੋਸ਼ੀਆ ਤੇ ਲਿਸਬਾਨੀਆ ਇਹ ਦੋਵੇਂ ਕੰਟਰੀਆਂ ਗਆਂ ਜਿਹੜੀਆਂ ਬਾਰਡਰ ਹੈ ਜਿਹੜੇ ਪੂਰੇ ਸੀਲ ਕਰ ਦਿੱਤੇ ਹੁਣ ਕਰੋਸ਼ੀਆ ਨੇ ਕਰੋਸ਼ੀਆ ਕਹਿੰਦਾ ਹੁਣ ਮੈਨੂੰ ਇੰਨਾ ਕੰਟਰੀਆਂ ਤੋਂ ਲੈਣਾ ਦੇਣਾ ਕੋਈ ਨਹੀਂਗਾ ਤੇ ਮੈਂ ਆਪਦਾ ਯੂਰਪੀ ਯੂਨੀਅਨ ਦੇ ਵਿੱਚ ਚੰਗਾ ਹੁਣ ਠੀਕ ਆ ਇਧਰ ਹੀ ਰਹੂੰਗਾ ਤੇ ਜਿਹੜੇ ਮੇਰੇ ਵੀ ਸਰਬੀਆ ਤੋਂ ਡੌਂਕੀਆਂ ਲਾਉਂਦੇ ਸੀਗੇ ਉਹ ਵੀ ਹੁਣ ਧਿਆਨ ਨਾਲ ਆਇਓ ਕਿਉਂਕਿ ਜਿਹੜੇ ਬਾਰਡਰ ਆ ਪੂਰੇ ਕੜੇ ਕਰਤੇ ਕਰੋਸ਼ੀਆ ਨੇ ਲਿਸਬੀਨੀਆ ਤੋਂ ਤੇ ਜਿਹੜਾ ਸਰਬੀਆ ਤੋਂ ਇਹ ਜਿਹੜੇ ਬਾਰਡਰ ਆ ਜਿਹੜੇ ਪੂਰੇ ਸੀਲ ਹੋ ਚੁੱਕੇ ਆ ਅੱਗੇ ਖਬਰ ਦੋਸਤੋ ਰੋਮਾ ਟਰਮੀਨੀ ਤੋਂ ਆ ਰਹੀ ਹੈ ਰੋਮਾ ਟਰਮੀਨੀ ਦੇ ਵਿੱਚ ਨਵੇਂ ਸਾਲ ਦੀ ਰਾਤ ਇੱਕ ਇਹ ਡਕੈਤੀ ਦੀ ਵਾਰਦਾਤ ਹੋਈ ਹੈ ਡਕੈਤੀ ਕਿਹਾ ਜਾਂਦੇ ਆਪਾਂ ਨੂੰ ਜਿਹੜਾ ਰੋਮਾ ਟਰਮੀਨਸ ਸਟੇਸ਼ਨ ਦੇ ਬਾਹਰ ਤਕਰੀਬਨ ਰਾਤ 9:45 ਦਾ ਟਾਈਮ ਸੀਗਾ ਜਿੱਥੇ ਕਿ ਇਹ ਵਾਰਦਾਤ ਹੋਈ ਹੈ ਇਹ ਜਿਹੜੀ ਵੀਡੀਓ ਹੈ ਬਹੁਤ ਵਾਇਰਲ ਹੋਈ ਵਾਇਰਲ ਵੀ ਹੋਈ ਵੀ ਹੈ ਸੋਸ਼ਲ ਮੀਡੀਆ ਤੇ ਜਿੱਥੇ ਇੱਕ 24 ਸਾਲਾ ਇਜ਼ਰਾਈਲੀ ਔਰਤ ਸੀਗੀ ਜਿਹਦੇ ਉੱਤੇ ਅਟੈਕ ਹੋਇਆ ਅਟੈਕ ਹੋਣ ਵਾਲੇ ਦੀ ਪਛਾਣ ਨਹੀਂ ਹੋਈ ਕਿਉਂਕਿ ਉਹਨੇ ਕੱਪੜੇ ਕਾਲੇ ਪਾਏ ਸੀ ਟੋਪੀ ਲਈ ਸੀ ਮਾਸਕਰੀਨਾ ਪਾਇਆ ਹੋਇਆ ਸੀਗਾ ਇਹ ਔਰਤ ਜਦੋਂ ਸਟੇਸ਼ਨ ਦੇ ਬਾਹਰ ਆਟੋਮੈਟਿਕ ਮਸ਼ੀਨ ਹੁੰਦੀ ਹੈ ਜਿਸ ਤੋਂ ਆਪਾਂ ਟਿਕਟ ਕੱਢਦੇ ਹਾਂ ਟਰੇਨ ਦੀ ਟਿਕਟ ਕੱਢਣ ਲੱਗੀ ਸੀ ਉਹਦੇ ਪਿੱਛੋਂ ਹਮਲਾ ਕੀਤਾ ਇਸ ਬੰਦੇ ਨੇ ਤੇ ਇਸ ਔਰਤ ਦੇ ਪੇਟ ਦੇ ਵਿੱਚ ਢਿੱਡ ਦੇ ਵਿੱਚ ਚਾਕੂ ਮਾਰੇ ਆ ਚਾਕੂ ਮਾਰ ਕੇ ਤੇ ਕੁਝ ਉਹਦੇ ਤੋਂ ਖੋ ਕੇ ਜਿਹੜਾ ਪਰਸ ਵਗੈਰਾ ਮੇਰੇ ਹਿਸਾਬ ਨਾਲ ਪੈਸਾ ਥੈਲਾ ਸੀਗਾ ਜਿਹੜਾ ਖੋ ਕੇ ਫਰਾਰ ਹੋ ਗਿਆ ਇਹ ਵੀਡੀਓ ਦੇ ਵਿੱਚ ਇਹੀ ਦਿਖਾਇਆ ਗਿਆ ਤੇ ਇਹ ਤਾਂ ਤਾਂ ਨੇ ਬਈ ਦੋਸਤੋ ਜੇਕਰ ਇਹ ਔਰਤ ਜਿਹੜੀ ਸੀਗੀ ਇਹ ਸ਼ਾਇਦ ਫਿਊਮ ਚੀਨੋ ਜਾ ਰਹੀ ਸੀ 에어ਪੋਰਟ ਦੀ ਟਿਕਟ ਕੱਢ ਰਹੀ ਸੀਗੀ ਮਸ਼ੀਨ ਦੇ ਵਿੱਚੋਂ ਹੋ ਸਕਦਾ ਉਹਦੇ ਮੌਤ ਹੋ ਜਾ ਰਹੀ ਹੋਵੇ ਤੇ ਬਾਕੀ ਇਸ ਔਰਤ ਨੂੰ ਬਾਅਦ ਚ ਤੁਰੰਤ ਸਕੋਰਸੋ ਹਸਪਤਾਲ ਲਿਜਾਇਆ ਗਿਆ ਜਿੱਥੇ ਕਿਹਦੀ ਹਾਲਤੋਂ ਟੀ ਦਿੱਤੀ ਜਾਂਦੀ ਹੈ ਤੇ ਇਹ ਸਿਧਾ ਤਾਂ ਨੇ ਬਈ ਤੁਸੀਂ ਵੀ ਜੇਕਰ ਤੁਸੀਂ ਜਾਣਦੇ ਆ ਇਕੱਲੇ ਸਟੇਸ਼ਨ ਤੇ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਰਾਤ ਬਰਾਤ ਤੇ ਤੇ ਜੇਕਰ ਆਪ ਦਾ ਸੰਭਾਲ ਕੇ ਪੂਰਾ ਪੂਰੇ ਧਿਆਨ ਨਾਲ ਜਾਂ ਤਾਂ ਕਿਸੇ ਨੂੰ ਨਾਲ ਲੈ ਕੇ ਜਾਇਓ ਇਕੱਲੇ ਨਾ ਕੋਈ ਮੇਰਾ ਵੀਰ ਜਾਂ ਭੈਣ ਇਕੱਲੇ ਨਾ ਨਿਕਲਿਆ ਕਰੋ ਅੱਜ ਕੱਲ ਬਹੁਤ ਇਹੋ ਜਿਹੇ ਕੇਸ ਹੋ ਰਹੇ ਆ ਅਗੇ ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਤੇ ਮੈਂ ਪਹਿਲਾਂ ਵੀਡੀਓ ਪਾਤੀ ਆ ਇਸ ਤੋਂ ਪਹਿਲਾਂ ਦੀ ਵੀਡੀਓ ਜਿਹੜੀ ਸ਼ਾਰਟ ਵੀ ਪਾਈ ਆ ਬਈ ਰਾਸ਼ਟਰਪਤੀ ਜਿਹੜੇ ਸਾਈਨ ਕਰਦੇ ਆ ਉਹ ਦੋ ਇਮੀਗ੍ਰੇਸ਼ਨਾਂ ਤੇ ਸਾਈਨ ਕੀਤੇ ਆ ਜਿਹੜੀ ਤਾਂ ਇੱਕ ਖੁੱਲਣ ਵਾਲੀ ਫਲੂਸੀ ਆ ਤੇ ਜਿਹੜੇ ਇੱਕ ਇਲੀਗਲ ਸ਼ਿਪ ਆਉਂਦੇ ਆ ਉਹਨਾਂ ਦੋਵਾਂ ਤੇ ਰਾਸ਼ਟਰਪਤੀ ਦੇ ਸਾਈਨ ਹੋ ਗਏ ਆ ਤੇ ਜਿਹੜੇ ਲੋਕਾਂ ਐ ਤੱਕ ਤਾਂ ਆਪਣਾ ਮਤਲਬ ਨਹੀਂਗਾ ਤੇ ਇਮੀਗ੍ਰੇਸ਼ਨ ਤੇ ਸਾਈਨ ਹੋ ਗਏ ਹੁਣ ਜਿੱਦਾਂ ਹੀ ਡਿcrets ਤੋਂ ਇਹ ਗਜੇਤਾ ਆਫੀਸ਼ੀਅਲ ਇਹਦੇ ਵਿੱਚ ਛਪ ਕੇ ਆ ਗਿਆ ਉਹਦੇ ਤੁਹਾਡੀ ਸਾਰੀ ਜਾਣਕਾਰੀ ਸਾਰੇ ਡਾਊਟ ਕਲੀਅਰ ਹੋ ਜਾਣਗੇ ਕਿਉਂਕਿ ਵੀਰਾਂ ਦੇ ਸਵਾਲ ਆ ਰਹੇ ਸੀਗੇ ਵੀ ਜਿਹੜੇ ਇਹਦੇ ਵਿੱਚ ਕੀ ਕੀ ਹੋਊਗਾ ਕਿ ਡੋਮੈਸਟਿਕ ਪੇਪਰ ਵੀ ਖੋਲਣਗੇ ਕੀ ਡੌਂਕੀ ਵਾਲੇ ਬੰਦੇ ਵੀ ਪੱਕੇ ਹੋ ਸਕਣਗੇ ਕੀ 9 ਮਹੀਨੇ ਆਏ ਜਿਹੜੇ ਆਏ ਪਏ ਆ ਉਹ ਵੀ ਚੇਂਜ ਕਰਵਾ ਸਕਦੇ ਆ ਤੇ ਇਦੇ ਵਿੱਚ ਕੀ ਅਸੀਲੋ ਵਾਲੇ ਜਿਹੜੀ ਜਿਨ੍ਹਾਂ ਕੋਲੇ ਅਸੀਲੋ ਵਾਲੀ ਸਜ਼ੋਰ ਨਾ ਉਹ ਵੀ ਚੇਂਜ ਕਰਾ ਸਕਦੇ ਆ ਜਾਂ ਕੱਚੇ ਬੰਦੇ ਆ ਜਿਹੜੇ ਪੇਪਰ ਪਰਵਾ ਕੇ ਇਥੋਂ ਤੇ ਦੁਬਾਰਾ ਇੰਡੀਆ ਤੋਂ ਵੀਜ਼ਾ ਦੁਵਾ ਕੇ ਇੱਥੇ ਆਉਣਗੇ ਇਹ ਦੋਸਤੋ ਜਦੋਂ ਹੀ ਇਹਦਾ ਡੀਪੀਸੀਐਮ ਲਗ ਜਾਰੀ ਹੋਇਆ ਇਹਦੇ ਵਿੱਚ ਗਜੇਤਾ ਪਿਛਲੇ ਦੇ ਵਿੱਚ ਡੀਪੀਸੀਐਮ ਲਾਗੂ ਹੋਊਗਾ ਜਾਰੀ ਹੋਊਗਾ ਉਹਦੇ ਵਿੱਚ ਸਾਰਾ ਇਹ ਚਿੱਠਾ ਉਹਦੇ ਵਿੱਚ ਹੀ ਸ਼ੋ ਹੋਊਗਾ ਉੱਥੇ ਹੀ ਪਰਾ ਲੱਗਣਾ ਉਸ ਤੋਂ ਪਹਿਲਾਂ ਆਪਾਂ ਕੋਛ ਨਹੀਂ ਦੱਸ ਸਕਦੇ ਵੀ ਕਿਹੜੇ ਵੀਰਾਂस्ते ਪੇਪਰ ਹੋਣਗੇ ਕੀ ਕੀ ਹੋਊਗਾ ਇਹਦੇ ਵਿੱਚ ਤੋਂ ਵੇਟ ਕਰਦੇ ਆ ਜਿੰਨਾ ਚਿਰ ਕਿ ਜੇ ਤਾਂ ਅਫੀਸ਼ੀਅਲੀ ਦੇ ਵਿੱਚ ਇਹ ਨਹੀਂ ਆਉਂਦੀ ਅੱਗੇ ਮੇਰੇ ਵੀਰਾਂ ਦੇ ਕਮੈਂਟ ਆਇਆ ਤੇ ਵੀ ਨੂਲਾ ਹਾਸਤਾ ਕਰੈਕਸ਼ਨ ਤੇ ਇੱਕ ਨੂਲਾ ਹਾਸਤਾ ਜਦੋਂ ਕਰੈਕਸ਼ਨ ਹੁੰਦੀ ਹੈ ਤੁਹਾਡੀ ਆ ਜਾਂਦੀ ਹੈ ਅੰਬੈਸੀ ਤੋਂ ਵੀ ਕਰੈਕਟ ਕਰਵਾਓ ਠੀਕ ਕਰਵਾਓ ਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕਾ ਹਾਂ ਵੀ ਮੇਰੇ ਵੀਰ ਵੇਟ ਨਾ ਕਰਦੇ ਰਹਿਆ ਕਰੋ ਵੀ ਪਰਫਾ ਤੁਰਾ ਆਟੋਮੈਟਿਕੀ ਮੇਲ ਭੇਜ ਦੂਗਾ ਅੰਬੈਸੀ ਨੂੰ ਅੰਬੈਸੀ ਫਿਰ ਕਰੈਕਸ਼ਨ ਕਰ ਦੂਗੀ ਇਹ ਤੇ ਕਈ ਮਹੀਨੇ ਲੰਘ ਜਾਂਦੇ ਆ ਤੁਹਾਡਾ ਜੇਕਰ ਨਾਮਾ ਇਕਰਾਰਨਾਮੇ ਜਾਂ ਕਿਸੇ ਵੀ ਤਰ੍ਹਾਂ ਦੀ ਕਰੈਕਸ਼ਨ ਆ ਗਈ ਨੂੰ ਲੈ ਉਸ ਦੇ ਵਿੱਚ ਤੁਸੀਂ ਜਿੱਤੋਂ ਠੀਕ ਕਰਵਾਉਣਾ ਪਰਫਾ ਤੂਰੇ ਤੋਂ ਜਿਹੜੇ ਤੋਂ ਉੱਪਰ ਫਾਤੂਰੇ ਠੀਕ ਕਰਵਾਉਣਾ ਉਹਨਾਂ ਤੋਂ ਠੀਕ ਕਰਵਾ ਕੇ ਇੱਕ ਕਾਪੀ ਉਹਨਾਂ ਤੋਂ ਕਢਵਾਓ ਫੋਟੋ ਕਾਪੀ ਉਹਦੀ ਲੈ ਕੇ ਉਹਦੇ ਨਾਲ ਰਿਕੁਐਸਟ ਲੈਟਰ ਲਾ ਕੇ ਫਿਰ ਤੁਸੀਂ ਐਮਬੈਸੀ ਦੇ ਵਿੱਚ ਸਬਮਿਟ ਕਰਵਾਓ ਫਿਰ ਦੁਬਾਰਾ ਜਾਂ ਆਨਲਾਈਨ ਭੇਜੋ ਜਾਂ ਸਬਮਿਟ ਕਰਵਾਓ ਤਾਂ ਹੀ ਤੁਹਾਡਾ ਜਿਹੜਾ ਵੀਜ਼ਾ ਛੇਤੀ ਆ ਸਕਦਾ ਜੇ ਤੁਸੀਂ ਐਮਬੈਸੀ ਦੇ ਜਾਂ ਪਰਫਾ ਤੂਰੇ ਦੇ ਅੱਗੇ ਬਹਿ ਗਏ ਬਈ ਆਪੇ ਭੇਜ ਦੇਣਗੇ ਆਪੇ ਕਰਕੇ ਠੀਕ ਦੇਣਗੇ ਤੁਹਾਨੂੰ ਪਤਾ ਅੱਜਕੱਲ ਤਾਂ ਸਾਰਾ ਕੁਛ ਇੰਡੀਆ ਦਾ ਦਾ ਹਾਲ ਹੀ ਹੋਰ ਆ ਤੇ ਇਹ ਹਿੰਮਤ ਕਰਨੀ ਪੈਂਦੀ ਆ ਤੇ ਇਹ ਕਰੈਕਸ਼ਨ ਆਪ ਨੂੰ ਕਰਵਾ ਕੇ ਜਿਹੜੀ ਕਰੈਕਸ਼ਨ ਤਾਂ ਹੋ ਜਾਂਦੀ ਹੈ ਤੇ ਪਰ ਆਪ ਨੂੰ ਡਾਕੂਮੈਂਟ ਲਾ ਕੇ ਫਿਰ ਸਬਮਿਟ ਕਰਾਉਣੇ ਪੈਂਦੇ ਆ ਸੋ ਦੋਸਤੋ ਇਹੀ ਸੀ ਨਵੀਤਾ ਜੀ ਅਪਡੇਟ ਨਵੀਤਾ ਜੀ ਜਾਣਕਾਰੀ ਮਿਲਦੇ ਆ ਅਗਲੀ ਅਪਡੇਟ ਚ ਤਦ ਤੱਕ ਦੇਵਾ ਗਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ